ਤੇ ਡਾਕਟਰ ਸਾਹਿਬ ਵੀ ਜਦੋਂ ਇਹ ਹਰਿਆਵਲ ਦਸਤਾ ਤਿਆਰ ਕੀਤਾ ਗਿਆ, ਇੱਥੇ ਇਹ ਜ਼ਰੂਰ ਦੱਸੋ ਕਿ ਇਹਦਾ ਨਾਮ ਹਰਿਆਵਲ ਦਸਤਾ ਕਿਵੇਂ ਪਿਆ ਸੀਗਾ, ਕਿਉਂਕਿ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਜਦੋਂ ਬਣਾਈ ਆ ਹਰਿਆਵਲ ਦਸਤਾ ਕਿਉਂ ਕਿਹਾ ਜਾਣ ਲੱਗਾ, ਅਤੇ ਦੂਜੀ ਗੱਲ ਕਿਹੜੀਆਂ ਕਿਹੜੀਆਂ ਤਕਲੀਫਾਂ ਉਦੋਂ ਆਈਆਂ ਜਦੋਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਸਥਾਪਿਤ ਕੀਤੀ? ਦੇਖੋ, ਹਰਿਆਵਲ ਦਸਤਾ ਜਿਹੜਾ ਉਹ ਤਾਂ ਅਕਾਲੀ ਦਲ ਦੇ ਵਿੱਚੋਂ ਨਾਂ ਨਿਕਲਿਆ, ਕਿਉਂਕਿ ਅਕਾਲੀ ਦਲ ਦੀ ਜਿਹੜੀ ਵਰਕਿੰਗ ਕਮੇਟੀ ਹੁੰਦੀ ਸੀ, ਉਸ ਵਰਕਿੰਗ ਕਮੇਟੀ ਮੀਟਿੰਗ ਦੇ ਵਿੱਚ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ ਹੈ ਜਿਹੜਾ, ਉਹ ਸਪੈਸ਼ਲ ਇਨਵਾਈਟੀ ਹੁੰਦਾ ਸੀ। ਅੱਛਾ ਜੀ। ਹਰ ਇੱਕ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ, ਇਹਦਾ ਮਤਲਬ ਇਹ ਵੀ ਆਪਣੇ ਆਪ ਨੂੰ ਮਤਲਬ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਆਪਦਾ ਵਿੰਗ ਤਾਂ ਮੰਨਦੇ ਸਨ। ਵਿੰਗ ਮੰਨਣ ਕਰਕੇ ਫਿਰ ਇਹਨਾਂ ਨੇ ਕਿਹਾ ਵੀ ਸਾਡੀ ਜਗ੍ਹਾ 'ਤੇ ਤੁਸੀਂ ਮਤਲਬ ਆਉਣਾ, ਅਸੀਂ ਤਾਂ ਬੁੱਢੇ ਹੋ ਗਏ, ਅਤੇ ਇਸ ਵਾਸਤੇ ਇਹਨੂੰ ਹਰਿਆਵਲ ਦਸਤਾ ਕਹਿਣ ਲੱਗ ਗਏ ਵੀ ਇਹ ਹਰਿਆਵਲ ਦਸਤਾ, ਇਹਨੇ ਸਾਡੀ ਜਗ੍ਹਾ ਲੈਣੀ। ਠੀਕ। ਇਸ ਵਾਸਤੇ ਹਰਿਆਵਲ ਦਸਤਾ ਕਹਿਣ ਲੱਗ ਗਏ। ਅਤੇ ਜਿਹੜਾ ਪ੍ਰੈਜੀਡੈਂਟ ਹੁੰਦਾ ਸੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ, ਉਹਦੀ ਬੜੀ ਸਹੀ ਹੁੰਦੀ ਸੀ, ਵਰਕਿੰਗ ਕਮੇਟੀ ਦਾ ਮੈਂਬਰ ਹੁੰਦਾ ਸੀ, ਬਾਕੀ ਸਾਰੇ ਕੰਮ ਜਿਹੜੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਮਤਲਬ ਜਿਹੜੀ ਲੀਡਰਸ਼ਿਪ ਸੀ ਉਹਨੂੰ ਪੁੱਛ ਕੇ ਕਰਦੇ ਸੀ। ਅਤੇ ਫਿਰ ਹਾਲਾਤ ਇੱਥੋਂ ਤੱਕ ਪਹੁੰਚ ਗਏ ਵੀ ਜਦੋਂ ਮਤਲਬ ਕਾਂਗਰਸ ਦੀ ਡਾਊਨਫਾਲ ਹੋ ਗਈ 37 ਤੋਂ ਬਾਅਦ, ਅਤੇ ਜਿਹੜੀ ਮੁਸਲਿਮ ਲੀਗ ਸੀ ਉਹ ਰਾਈਜ਼ ਕਰ ਗਈ। ਅੱਛਾ। ਉਹ ਜੇ ਪੋਲੀਟੀਕਲ ਹਾਲਾਤ ਇਸ ਤਰ੍ਹਾਂ ਦੇ ਬਣੇ 1937 ਤੋਂ ਬਾਅਦ ਵੀ ਕਾਂਗਰਸ ਡਾਊਨ ਹੋ ਗਈ, ਕਾਂਗਰਸ ਦੀਆਂ ਜਿਹੜੀਆਂ ਮਿਨਿਸਟਰੀਆਂ ਬਣੀਆਂ ਸੀ ਹਿੰਦੁਸਤਾਨ ਦੇ ਵਿੱਚ ਉਹ ਸਾਰੀਆਂ ਮਤਲਬ ਜਿਸ ਤਰ੍ਹਾਂ ਮਿਨਿਸਟਰੀਆਂ ਸਾਰੀਆਂ ਕੈਂਸਲ ਕਰਤੀਆਂ ਅੰਗਰੇਜ਼ਾਂ ਨੇ, ਅਤੇ ਉਹਦੇ ਵਿੱਚ ਫਿਰ ਮੁਹੰਮਦ ਅਲੀ ਜਿਨ੍ਹਾਂ ਨੂੰ ਟਾਈਮ ਮਿਲ ਗਿਆ, ਉਹਨੇ ਆਪਦੀ ਮੁਸਲਿਮ ਲੀਗ ਨੂੰ ਕਾਇਮ ਕਰ ਲਿਆ। ਜਦੋਂ ਮੁਸਲਿਮ ਲੀਗ ਕਾਇਮ ਹੋ ਗਈ ਉਸ ਤੋਂ ਬਾਅਦ ਫਿਰ ਪੰਜਾਬ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ, ਨਹੀਂ ਤਾਂ ਪੰਜਾਬ ਦੇ ਵਿੱਚ ਪਹਿਲਾਂ ਮੁਸਲਿਮ ਲੀਗ ਦਾ ਕੋਈ ਨਾਂ ਨਹੀਂ ਸੀ। ਅੱਛਾ। ਯੂਨੀਅਨਿਸਟ ਪਾਰਟੀ ਹੈ ਜਿਹੜੀ, ਉਹਦੀ ਸਰਕਾਰ ਬਣਦੀ ਸੀ, ਉਹ ਹੀ ਰਾਜ ਕਰਦੇ। ਸਰ ਛੋਟੂ ਰਾਮ ਜਿਹੜਾ ਉਹ ਜਾਟਾਂ ਦਾ ਲੀਡਰ ਸੀ, ਅਤੇ ਮੁਸਲਮਾਨਾਂ ਦਾ ਲੀਡਰ ਖਜ਼ਰ ਰਿਆਤ ਖਾਨ ਸੀ, ਸਿੱਖਾਂ ਦਾ ਲੀਡਰ ਸੀ ਜਿਹੜਾ ਮਾਸਟਰ ਤਾਰਾ ਸਿੰਘ, ਮਾਸਟਰ ਤਾਰਾ ਸਿੰਘ ਵਗੈਰਾ, ਹੁਕਮ ਸਿੰਘ, ਸਵਰਨ ਸਿੰਘ ਵੀ ਉਦੋਂ ਅਕਾਲੀ ਦਲ 'ਚ ਹੁੰਦਾ ਸੀ ਜਿਹੜਾ ਬਾਅਦ 'ਚ ਕਾਂਗਰਸ ਆਇਆ। ਅਤੇ ਇਹਨਾਂ ਨੇ ਸਾਰਿਆਂ ਨੇ ਸਲਾਹ ਕੀਤੀ ਵੀ ਆਪਾਂ ਨੂੰ ਮਤਲਬ ਸ਼੍ਰੋਮਣੀ ਅਕਾਲੀ ਦਲ ਨੂੰ ਮਿਲ ਕੇ, ਅਤੇ ਉਹਨਾਂ ਨੂੰ ਕਹਿਣਾ ਚਾਹੀਦਾ ਵੀ ਜਿਸ ਤਰ੍ਹਾਂ ਮੁਹੰਮਦ ਅਲੀ ਜੀ ਨਾਂਹ ਕਰ ਰਿਹਾ ਆਪਦੀ ਕੌਮ ਵਾਸਤੇ, ਉਸ ਤਰ੍ਹਾਂ ਦਾ ਸਟੈਂਡ ਜਿਹੜਾ ਤੁਹਾਨੂੰ ਵੀ ਲੈਣਾ ਚਾਹੀਦਾ। ਇਸ ਕਰਕੇ ਫਿਰ ਇਹ ਆਲ ਇੰਡੀਆ ਸਿੱਖ ਸਕੂਲ ਨੇ ਜਦੋਂ ਬਣੀ, ਉਸ ਤੋਂ ਬਾਅਦ ਫਿਰ ਅਮਰ ਸਿੰਘ ਬਾਲਵੀ ਨੇ ਅਤੇ ਸਰੂਪ ਸਿੰਘ ਕੱਲੇ ਨੇ ਇਹਨਾਂ ਨੂੰ ਫਿਰ ਮਿਲਣਾ ਸ਼ੁਰੂ ਕਰਤਾ ਮੁਹੰਮਦ ਅਲੀ ਜਿਨ੍ਹਾਂ ਨੂੰ। ਮੁਹੰਮਦ ਅਲੀ ਜਿਨ੍ਹਾਂ ਦੇ ਨਾਲ ਇਹਨਾਂ ਨੇ ਕਈ ਮੀਟਿੰਗਸ ਹੋਈਆਂ, ਅਤੇ ਮੁਹੰਮਦ ਅਲੀ ਜਿਨ੍ਹਾਂ ਇਹ ਕਹਿੰਦਾ ਸੀ ਵੀ ਤੁਹਾਡੇ ਜਿਹੜੇ ਲੀਡਰ ਨੇ ਉਹ ਪਾਕਿਸਤਾਨ ਦਾ ਵਿਰੋਧ ਕਰਦੇ ਨੇ ਲਗਾਤਾਰ, ਕਾਂਗਰਸ ਦੀ ਸ਼ਹਿ 'ਤੇ, ਕਾਂਗਰਸ ਦੀ ਸ਼ਹਿ 'ਤੇ ਕਰਦੇ ਨੇ, ਅਤੇ ਉਹ ਕਾਂਗਰਸ ਦੇ ਮਤਲਬ ਇੱਕ ਕਿਸਮ ਦੇ ਸਕੂਜ ਬਣੇ ਹੋਏ ਨੇ, ਅਤੇ ਤੁਸੀਂ ਗੱਲ ਕਰਦੇ ਜੇ ਆਪਦੀ ਕੌਮ ਦੇ ਰਾਈਟਸ ਦੀ, ਤੁਹਾਡੇ ਨਾਲ ਅਸੀਂ ਕਿਸ ਤਰ੍ਹਾਂ ਗੱਲ ਕਰੀਏ ਜਦੋਂ ਕੋਈ ਤੁਹਾਡੀ ਲੀਡਰਸ਼ਿਪ ਹੈ ਜਿਹੜੀ ਉਹ ਤਾਂ ਮਤਲਬ ਕਾਂਗਰਸ ਦੇ ਨਾਲ ਰਲ ਕੇ ਪਾਕਿਸਤਾਨ ਦਾ ਵਿਰੋਧ ਕਰ ਰਹੀ। ਇੱਥੇ ਆ ਕੇ ਜਿਹੜਾ ਨਾ ਬੜਾ ਵੱਡਾ ਮਤਲਬ ਗੈਪ ਪੈ ਗਿਆ। ਫਿਰ ਇਹਨਾਂ ਨੇ ਕਿਹਾ ਵੀ ਇਹਦਾ ਹੱਲ ਕੀ ਹੈ, ਮੁਹੰਮਦ ਅਲੀ ਜਿਨ੍ਹਾਂ ਨੂੰ ਉਹਨਾਂ ਨੇ ਕਿਹਾ ਵੀ ਇਹਦਾ ਹੱਲ ਦੱਸੋ ਸਾਨੂੰ ਕੀ ਹੈ। ਮੁਹੰਮਦ ਅਲੀ ਜਿਨ੍ਹਾਂ ਨੇ ਕਿਹਾ ਵੀ ਤੁਸੀਂ ਆਪਦੇ ਲੀਡਰ ਨੂੰ ਮਨਾ ਲਓ, ਜਿੱਥੇ ਤੁਹਾਡੇ ਲੀਡਰ ਨੇ ਮੇਨ ਵੀ ਉਹ ਕਾਂਗਰਸ ਦਾ ਪੱਲਾ ਛੱਡ ਕੇ, ਅਤੇ ਉਹ ਜਿਹੜਾ ਸਾਡਾ ਪਾਕਿਸਤਾਨ ਦੀ ਹਮਾਇਤ ਭਾਵੇਂ ਨਾ ਕਰਨ ਪਰ ਸਾਡੇ ਨਾਲ ਗੱਲਬਾਤ ਕਰਨ, ਗੱਲਬਾਤ ਦੇ ਵਿੱਚ ਅਸੀਂ ਡਿਸਾਈਡ ਕਰਾਂਗੇ ਵੀ ਸਾਨੂੰ ਇੱਕ ਇਹੋ ਜਿਹਾ ਖਿੱਤਾ ਤੁਸੀਂ ਦੇ ਦਿਓ ਜਿਹਦੇ ਵਿੱਚ ਮੁਸਲਮਾਨ ਅਤੇ ਸਿੱਖ ਨੇ ਜਿਹੜੇ ਉਹ ਇਕੱਠੇ ਨੇ, ਮਤਲਬ ਪੰਜਾਬ ਇਕੱਠਾ ਰਹੇ, ਪੰਜਾਬ ਯੂਨਾਈਟ ਰਹੇ, ਪੰਜਾਬ ਦੀ ਵੰਡ ਨਾ ਹੋਵੇ। ਇਹ ਆਪਾਂ ਇਸ ਤਰ੍ਹਾਂ ਦੀ ਕੋਈ ਮੰਤਰ ਬਣਾਈਏ, ਜਦੋਂ ਕਿ ਇਹ ਹਿੰਦੂ ਨੇ ਜਿਹੜੇ ਉਹ ਇਹ ਚਾਹੁੰਦੇ ਸੀ, ਮਤਲਬ ਆਲ ਇੰਡੀਆ ਕਾਂਗਰਸ ਕਮੇਟੀ ਵੀ ਚਾਹੁੰਦੀ ਸੀ, ਜਿਸ ਤਰ੍ਹਾਂ ਆਪਣੇ ਪਹਿਲਾਂ ਲਾਜਪਤ ਰਾਏ ਦੀ ਗੱਲ ਮੈਂ ਕੀਤੀ, ਫਿਰ ਆਪਣਾ ਜਵਾਹਰ ਲਾਲ ਨਹਿਰੂ, ਸਰਦਾਰ ਪਟੇਲ, ਈਵਨ ਮਹਾਤਮਾ ਗਾਂਧੀ, ਉਹ ਵੀ ਇਹ ਚਾਹੁੰਦੇ ਸਨ ਵੀ ਜਿਹੜੇ ਮੁਸਲਮਾਨ ਨੇ ਇਹਨਾਂ ਨੂੰ ਇੱਕ ਪਾਸੇ ਕੀਤਾ ਜਾਏ। ਈਵਨ ਜਦੋਂ ਮਤਲਬ ਦੰਗੇ ਹੋਣ ਲੱਗੇ ਪੰਜਾਬ ਦੇ ਵਿੱਚ, ਬੰਗਾਲ ਦੇ ਵਿੱਚ, ਉਦੋਂ ਮਹਾਤਮਾ ਗਾਂਧੀ ਨੁਆਖਲੀ ਸੀ ਬੰਗਾਲ ਦੇ ਵਿੱਚ, ਅਤੇ ਨੁਆਖਲੀ ਦੇ ਵਿੱਚ ਜਦੋਂ ਮਹਾਤਮਾ ਗਾਂਧੀ ਨੂੰ ਦੱਸਿਆ ਗਿਆ ਕਿ ਪੰਜਾਬ ਦੇ ਵਿੱਚ ਅਤੇ ਬੰਗਾਲ ਦੇ ਵਿੱਚ ਦੰਗੇ ਹੋ ਰਹੇ ਨੇ ਮੁਸਲਮਾਨਾਂ ਅਤੇ ਹਿੰਦੂਆਂ ਦੇ, ਸਿੱਖਾਂ ਦੇ,
ਤੇ ਮੁਹੰਮਦ ਅਲੀ ਜਿਨ੍ਹਾਂ ਨੇ ਕੋਈ ਇਹਦਾ ਨੋਟਿਸ ਨਹੀਂ ਲਿਆ। ਮੁਹੰਮਦ ਅਲੀ ਜਿਨ੍ਹਾਂ ਦਾ ਜਵਾਬ ਸੀ ਵੀ ਪੰਜਾਬ ਐਂਡ ਬੰਗਾਲ ਵਾਂਟ ਬਲੱਡ ਬਾਥ, ਲੈਟ ਦੇਮ ਹੈਵ ਇਟ, ਉਹਨਾਂ ਨੂੰ ਤੁਸੀਂ ਫ੍ਰੀਲੀ ਬਲੱਡ ਬਾਥ ਹੋਣ ਦਿਓ, ਆਪਣਾ ਕੋਈ ਮਤਲਬ ਨਹੀਂ। ਤੋ ਇਹਨਾਂ ਗੱਲਾਂ ਤੋਂ ਇਹ ਲੱਗਦਾ ਵੀ ਇਹ ਪਹਿਲਾਂ ਤੋਂ ਹੀ ਮਤਲਬ ਮਹਾਤਮਾ ਗਾਂਧੀ ਦੇ ਜਿਹੜੇ ਕਾਰਜ ਲੀਡਰ ਸੀ, ਇਹਨਾਂ ਨੇ ਆਪਦਾ ਮਨ ਬਣਾਇਆ ਹੋਇਆ ਸੀ ਕਿ ਅਸੀਂ ਇਹਨਾਂ ਨੇ ਪੰਜਾਬ ਦੀ ਬੰਗਾਲ ਦੀ ਪਾਰਟੀਸ਼ਨ ਕਰਨੀ ਹੈ ਅਤੇ ਮੁਸਲਮਾਨਾਂ ਨੂੰ ਕਿਹੜਾ ਸਿਰਾਉਣਾ। ਅਤੇ ਮੁਹੰਮਦ ਅਲੀ ਜਿਨ੍ਹਾਂ ਨੂੰ ਜਦੋਂ ਇਹ ਮਿਲਿਆ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਲੀਡਰ, ਤਾਂ ਉਹਨੇ ਕਿਹਾ ਵੀ ਤੁਸੀਂ ਆਪਦੇ ਲੀਡਰ ਦੀ ਮੇਰੇ ਨਾਲ ਇੱਕ ਤੁਸੀਂ ਮੀਟਿੰਗ ਕਰਾਓ, ਅਤੇ ਆਹ ਲਓ ਤੁਸੀਂ ਸਫੈਦ ਕਾਗਜ਼ ਲੈ ਲਓ ਮੇਰੇ 'ਤੇ, ਇਹਦੀ ਆਪਦੇ ਡਿਮਾਂਡ ਲਿਖ ਕੇ ਲੈ ਆਓ ਅਤੇ ਮੇਰੇ ਦਸਤਖਤ ਕਰਾ ਲਓ ਵੀ ਤੁਸੀਂ ਕੀ ਚਾਹੁੰਦੇ ਤਾਂ ਆਪਾਂ ਪੰਜਾਬ ਦੀ ਵੰਡ ਨਾ ਹੁੰਦੀ ਹੈ। ਠੀਕ, ਜੇ ਪੰਜਾਬ ਦੀ ਵੰਡ ਹੋ ਕੇ ਨਾ ਹੋਵੇਗੀ ਤੇ ਫਿਰ ਆਪਣਾ ਪੰਜਾਬ ਜਿਹੜਾ ਪਾਣੀਪਤ ਤੱਕ ਰਹੇਗਾ, ਦਿੱਲੀ ਦੇ ਬਾਰਡਰ ਤੱਕ ਰਹੇਗਾ। ਠੀਕ ਹੈ, ਤੇ ਜਿਹੜੇ ਉੱਥੋਂ ਤੱਕ ਜਿਹੜੇ ਮਤਲਬ ਤੁਸੀਂ ਫਿਰ ਸਿੱਖਾਂ ਨੇ ਇਹ ਇਤਰਾਜ਼ ਕੀਤਾ ਮੁਹੰਮਦ ਅਲੀ ਜਿਨ੍ਹਾਂ ਤੇ ਵੀ ਤੁਸੀਂ ਬਹੁ ਗਿਣਤੀ 'ਚ ਹੋ ਜਾਓਗੇ ਤੇ ਸਿੱਖ ਘੱਟ ਗਿਣਤੀ 'ਚ ਰਹਿਣਗੇ, ਤੇ ਤੁਸੀਂ ਅੱਗੇ ਵੀ ਸਾਡੇ ਗੁਰੂਆਂ 'ਤੇ ਜ਼ੁਲਮ ਕੀਤਾ, ਸਾਡੇ 'ਤੇ ਜ਼ੁਲਮ ਕੀਤਾ, ਸਾਹਿਬਜ਼ਾਦਿਆਂ 'ਤੇ ਜ਼ੁਲਮ ਕੀਤਾ, ਸਾਡੇ 'ਤੇ ਫਿਰ ਜ਼ੁਲਮ ਕਰੋਗੇ। ਅਤੇ ਉਹਨੇ ਕਿਹਾ ਵੀ ਦੇਖੋ ਸਿੱਖ ਲੀਡਰ ਨੇ ਜਿਹੜੇ ਕਿੰਨੇ ਬੇਵਕੂਫ ਨੇ, ਇਹਨਾਂ ਲੀਡਰਸ਼ਿਪ ਵਾਲੀ ਕੋਈ ਗੱਲ ਹੀ ਨਹੀਂ ਹੈਗੀ ਵੀ ਜੇ ਪਾਣੀਪਤ ਤੱਕ ਪੰਜਾਬ ਜਾਂਦਾ ਹੈ ਤੇ ਪੰਜਾਬ ਦੀ ਜਿਹੜੀ ਪਾਪੂਲੇਸ਼ਨ ਹੈ ਉਹਦੇ ਹਿਸਾਬ ਨਾਲ ਹਿੰਦੂ ਤੇ ਸਿੱਖ ਉਹ ਮੈਜੋਰਿਟੀ 'ਚ ਹੋਣਗੇ, ਮੁਸਲਮਾਨ ਮਿਨੋਰਟੀ 'ਚ ਹੋਣਗੇ। ਬਿਲਕੁਲ, ਤੇ ਜਿੰਨੇ ਹਿੰਦੂ ਹੋਣਗੇ ਉਹਨਾਂ ਸਾਰਿਆਂ ਨੇ ਗੁਰੂਆਂ ਦੇ ਨਾਲ ਉਹਨਾਂ ਦੇ ਲਿੰਕ ਨੇ ਸਾਰਿਆਂ ਦੇ, ਉਹਨਾਂ ਨੇ ਕਹਿ ਦੇਣਾ ਸਾਡਾ ਕਿਸੇ ਦਾ ਦਾਦਾ ਸਿੱਖ ਸੀ, ਕਿਸੇ ਦਾ ਨਾਨਾ ਸਿੱਖ ਸੀ, ਉਹਨਾਂ ਨੇ ਓਵਰਨਾਈਟ ਸਾਰਿਆਂ ਨੇ ਸਿੱਖ ਬਣ ਜਾਣਾ, ਜੇ ਨਾ ਵੀ ਸਿੱਖ ਬਣੇ ਤਾਂ ਉਹਨਾਂ ਨੇ ਸਿੱਖਾਂ ਦੇ ਨਾਲ ਹੀ ਰਹਿਣਾ। ਇਸ ਵਾਸਤੇ ਸਿੱਖ ਲੀਡਰਾਂ ਨੂੰ ਇੰਨਾ ਵੀ ਨਹੀਂ ਪਤਾ ਵੀ ਤੁਸੀਂ ਤਾਂ ਮੈਜੋਰਿਟੀ 'ਚ ਤੁਸੀਂ ਹੋ ਜਾਣਾ, ਅਸੀਂ ਮਿਨੋਰਟੀ 'ਚ ਰਹਿਣਾ। ਇਹ ਗੱਲ ਵੀ ਕਹਿੰਦੇ ਸਮਝਦੇ ਨਹੀਂ, ਮੈਂ ਕੀ ਕਰਾਂ ਇਹਨਾਂ ਨੂੰ, ਕਿਸ ਤਰ੍ਹਾਂ ਸਮਝਾਵਾਂ। ਅਤੇ ਫਿਰ ਇਹਨਾਂ ਗੱਲਾਂ ਦਾ ਸਾਰਿਆਂ ਦਾ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਇਹਨਾਂ ਨੂੰ ਸਾਰਿਆਂ ਨੂੰ ਦੱਸਿਆ ਲੀਡਰਾਂ ਨੂੰ ਵੀ ਆਪਾਂ ਇਸ ਤਰ੍ਹਾਂ ਕਰ ਲਈ, ਮੁਹੰਮਦ ਅਲੀ ਜਿਨ੍ਹਾਂ ਦੇ ਨਾਲ ਆਪਾਂ ਗੱਲ ਕਰੀਏ। ਇੱਕ ਵਾਰ ਟਾਈਮ ਵੀ ਫਿਕਸ ਕਰਤਾ ਉਹਨਾਂ ਨੂੰ ਮਾਸਟਰ ਤਾਰਾ ਦੇ ਨਾਲ, ਮਾਸਟਰ ਤਾਰਾ ਸਿੰਘ ਨਾਲ ਗੱਲ ਕਰਨ ਦਾ। ਲੇਕਿਨ ਮਾਸਟਰ ਤਾਰਾ ਸਿੰਘ ਜਦੋਂ ਆਪਾਂ ਲੱਗਿਆ ਵੀ ਮੁਹੰਮਦ ਅਲੀ ਜਿਨ੍ਹਾਂ ਇੱਥੇ ਆ ਰਿਹਾ, ਉਹ ਪਿਛਲੀ ਖਿੜਕੀ ਤਾਂ ਨਿਕਲ ਕੇ ਐਸਕੇਪ ਕਰ ਗਿਆ, ਕਿਉਂਕਿ ਇੰਨਾ ਜ਼ਿਆਦਾ ਉਹ ਮਤਲਬ ਕਾਂਗਰਸ ਦੇ ਕਹਿ 'ਤੇ ਚੱਲ ਰਿਹਾ ਸੀ, ਕਾਂਗਰਸ ਦੀ ਗੱਲ ਮੰਨ ਰਿਹਾ ਸੀ, ਉਹਨੂੰ ਕਾਂਗਰਸ ਨੇ ਕਹਿ ਤਾ ਵੀ ਤੁਸੀਂ ਇਹਨਾਂ ਨਾਲ ਗੱਲ ਨਹੀਂ ਕਰਨੀ। ਅਤੇ ਉਹ ਫਸਟ ਜਨਰੇਸ਼ਨ ਦਾ ਮਤਲਬ ਸਿੱਖ ਸੀ ਮੁਹੰਮਦ ਮਾਸਟਰ ਤਾਰਾ ਸਿੰਘ, ਉਹਦਾ ਨਾਂ ਸੀ ਨਾਨਕ ਚੰਦ ਮਲਹੋਤਰਾ। ਅੱਛਾ, ਅਤੇ ਨਾਨਕ ਚੰਦ ਮਲਹੋਤਰੇ ਤੋਂ ਮਤਲਬ ਉਹ ਸਿੱਖ ਬਣ ਕੇ ਮਾਸਟਰ ਤਾਰਾ ਸਿੰਘ। ਠੀਕ ਹੈ, ਉਹ ਜਿਹੜੀ ਹਿੰਦੂ ਮਤਲਬ ਜਿਹੜੀ ਮੈਂਟੈਲਿਟੀ ਸੀ ਨਾ, ਸੋਚ ਜਿਹੜੀ ਸੀ, ਹਾਂ ਸੋਚ ਜਿਹੜੀ ਸੀ ਉਹ ਹਿੰਦੂ ਸੀ ਸੋਚ, ਉਹ ਇਹ ਸਮਝਦਾ ਵੀ ਹਿੰਦੂ ਅਤੇ ਸਿੱਖ ਨੇ ਜਿਹੜੇ ਉਹਨਾਂ ਵਿੱਚ ਕੋਈ ਫਰਕ ਨਹੀਂ, ਅਤੇ ਜਿਹੜੇ ਸਿੱਖ ਜਿਸ ਤਰ੍ਹਾਂ ਹਿੰਦੂ ਕਹਿੰਦੇ ਨੇ ਵੀ ਸਿੱਖ ਨੇ ਜਿਹੜੇ ਉਹ ਹਿੰਦੂਆਂ 'ਚੋਂ ਬਣੇ ਨੇ। ਬਿਲਕੁਲ, ਇਸ ਤਰ੍ਹਾਂ ਦੀ ਸੋਚ ਮਾਸਟਰ ਤਾਰਾ ਸਿੰਘ ਸੀ ਵੀ ਜਿਹੜੇ ਸਿੱਖ ਨੇ ਉਹ ਹਿੰਦੂਆਂ 'ਚੋਂ ਬਣੇ ਨੇ, ਇਸ ਵਾਰ 'ਤੇ ਅਸੀਂ ਹਿੰਦੂਆਂ ਨਾਲ ਜਾਣਾ। ਮਾਸਟਰ ਤਾਰਾ ਸਿੰਘ ਨੂੰ ਉਹਨੂੰ ਮਤਲਬ ਮਾਸਟਰ ਸਿੰਘ ਤਾਰਾ ਸਿੰਘ ਨੇ ਉਹ ਮੀਟਿੰਗ ਨਹੀਂ ਅਟੈਂਡ ਕੀਤੀ ਮੁਹੰਮਦ ਅਲੀ ਜਿਨ੍ਹਾਂ ਵਾਲੀ, ਬਾਅਦ ਵਿੱਚ ਮਾਸਟਰ ਜ਼ੋਰ ਗਿਆਨੀ ਕਰਤਾਰ ਸਿੰਘ ਨੇ ਦੋ ਮੀਟਿੰਗ ਅਟੈਂਡ ਕੀਤੀਆਂ, ਉਹਦੇ ਵਿੱਚ ਮੁਹੰਮਦ ਅਲੀ ਜਿਨ੍ਹਾਂ ਨੇ ਬਹੁਤ ਜ਼ੋਰ ਲਾਇਆ ਪਰ ਮਾਸਟਰ ਤਾਰਾ ਸਿੰਘ ਨਹੀਂ ਮੰਨਿਆ। ਸੋ ਮਚ ਸੋ ਕੇ ਮਤਲਬ ਇੱਕ ਨਾ ਜਿਹੜਾ ਹੋਇਆ ਨਾ ਜਸਵੰਤ ਕੰਵਲ, ਹਾਂਜੀ, ਉਹਨੇ ਕਿਤਾਬ ਲਿਖੀ ਛੋਟੀ ਜਿਹੀ, ਮਿਲੇ ਤਾਂ ਤੁਸੀਂ ਪੜ੍ਹਿਓ ਜ਼ਰੂਰ। ਠੀਕ ਹੈ, ਨਾਮ ਕੀ ਹੈ? ਕਿਤਾਬ ਦਾ ਨਾਂ ਹੈ ਪੰਜਾਬੀ ਉਹ ਤੁਸੀਂ ਜਿਉਣਾ ਹੈ ਕਿ ਮਰਨਾ। ਠੀਕ ਹੈ, ਇਹ ਨਾਂ ਉਹਦਾ। ਠੀਕ ਹੈ, ਉਹਦੇ ਵਿੱਚ ਉਹ ਬਿਗਨਿੰਗ ਦੇ ਵਿੱਚ ਇਹ ਕਹਿੰਦਾ ਵੀ ਇਹ ਗੱਲ 1944 ਤੋਂ ਬਾਅਦ ਦੀ ਹੈ, 1947-47 ਦੀ ਗੱਲ ਹੈ। ਅਤੇ ਕਹਿੰਦਾ ਮੈਂ ਨੌਕਰੀ ਕਰਦਾ ਹੁੰਦਾ ਸੀ ਉਹਦਾ SGPC 'ਚ, ਅਤੇ ਮੈਂ ਇਹਦਾ ਨਾ ਇਹਨਾਂ ਦਾ ਸੈਸ਼ਨ ਚੱਲ ਰਿਹਾ ਸੀ ਸ਼੍ਰੋਮਣੀ ਕਮੇਟੀ ਦਾ, ਅਤੇ ਮੈਂ ਉੱਥੇ ਪਾਣੀ ਪਿਆ ਰਿਹਾ ਸੀ, ਮੇਰੀ ਪਾਣੀ ਪਿਆਉਣ ਦੀ ਡਿਊਟੀ ਸੀ। ਅੱਛਾ, ਅਤੇ ਉੱਥੇ ਇੱਕ ਹਰੀ ਸਿੰਘ ਨਾਮੇ ਕੋਈ ਸਿੱਖ ਸੀ ਜਿਹੜਾ ਪਾਕਿਸਤਾਨ 'ਚ ਰਹਿੰਦਾ ਸੀ, ਉਹਨੇ ਉੱਠ ਕੇ ਕਿਹਾ ਉਸ ਮੀਟਿੰਗ ਦੇ ਵਿੱਚ ਵੀ ਮੇਰੀ ਮੁਹੰਮਦ ਅਲੀ ਜਿਨ੍ਹਾਂ ਨਾਲ ਗੱਲ ਹੋ ਗਈ ਹੈ, ਅਤੇ ਉਹ ਕਹਿੰਦਾ ਵੀ ਤੁਸੀਂ ਆਪਦੀ ਲੀਡਰਸ਼ਿਪ ਨੂੰ ਲਿਆਓ, ਤੁਸੀਂ ਜਿਹੜਾ ਕੁਝ ਜਿਹੜੀਆਂ ਮੰਗਾਂ ਤੁਸੀਂ ਰੱਖੋਗੇ ਸਾਨੂੰ ਉਹ ਮਨਜ਼ੂਰ ਹੈ। ਅਤੇ ਹਰੀ ਸਿੰਘ ਸਾਰੇ ਉਹ ਜਸਵੰਤ ਕੰਵਲ ਇਹ ਲਿਖਦਾ ਵੀ ਸਾਰੇ ਸਿੱਖਾਂ ਨੇ ਜਕਾਰੇ ਛੱਡ ਦਿੱਤੇ। ਅੱਛਾ ਜੀ, ਵੀ ਠੀਕ ਹੈ, ਸਾਨੂੰ ਮੁਹੰਮਦ ਅਲੀ ਜਿਨ੍ਹਾਂ ਨਾਲ ਅਤੇ ਮੁਸਲਮਾਨਾਂ ਨਾਲ ਗੱਲ ਕਰਨੀ ਚਾਹੀਦੀ।
ਲੇਕਿਨ ਕਹਿੰਦਾ ਜਦੋਂ ਸਾਰੇ ਵਿਚਾਰੇ ਛੱਡੇ ਗਏ ਤੇ ਫਾਈਨਲ ਹੋ ਗਿਆ, ਆਪਾਂ ਨੂੰ ਮੁਹੰਮਦ ਅਲੀ ਜਨਾ ਨਾਲ ਗੱਲ ਕਰਨੀ ਚਾਹੀਦੀ। ਪ੍ਰੈਜ਼ੀਡੈਂਟ ਸੀ ਮਾਸਟਰ ਤਾਰਾ ਸਿੰਘ। ਅੱਛਾ ਜੀ। ਮਾਸਟਰ ਤਾਰਾ ਸਿੰਘ ਖੜਾ ਹੋ ਗਿਆ ਲਾਸਟ, ਤੇ ਉਹ ਕਹਿਣ ਲੱਗਾ ਮੈਂ ਐਜ਼ ਪ੍ਰੈਜ਼ੀਡੈਂਟ ਇਹ ਸਾਰੀ ਤੁਹਾਡੀ ਜਿਹੜੀ ਗੱਲਬਾਤ ਇਹਨੂੰ ਕੈਂਸਲ ਕਰਦਾ। ਅੱਛਾ ਜੀ। ਮੈਂ ਵੀਟੋ ਪਾਵਰ ਵਰਤਦਾ ਅਤੇ ਅਸੀਂ ਮੁਸਲਮਾਨਾਂ ਨਾਲ ਕੋਈ ਗੱਲ ਨਹੀਂ ਕਰਨੀ। ਉਹਦਾ ਕਾਰਨ ਉਹ ਇਹ ਲਿਖਦਾ ਵੀ ਇਹਨੇ ਕਿਹਾ ਵੀ ਮੇਰੇ ਜਿਹੜੇ ਰਿਸ਼ਤੇਦਾਰ ਸੀ ਰਾਵਲਪਿੰਡੀ ਅਸੀਂ ਰਹਿੰਦੇ ਹਾਂ, ਅਤੇ ਰਾਵਲਪਿੰਡੀ ਜਿੰਨੇ ਮੇਰੇ ਰਿਸ਼ਤੇਦਾਰ ਸੀ ਉਹ ਸਾਰੇ ਮੁਸਲਮਾਨਾਂ ਨੇ ਮਾਰੇ ਨੇ, ਇਸ ਵਾਸਤੇ ਮੈਂ ਮੁਸਲਮਾਨਾਂ ਨਾਲ ਕੋਈ ਗੱਲਬਾਤ ਨਹੀਂ ਕਰਨੀ। ਅੱਛਾ। ਮਤਲਬ ਆਪਦੀ ਪਰਸਨਲ ਮਤਲਬ ਦੁਸ਼ਮਣੀ ਕਰਨ ਵਾਸਤੇ, ਜਿਵੇਂ ਕਿ ਹੁਣ ਵੀ ਕਰਦੇ ਨੇ, ਜਿਵੇਂ ਹੁਣ ਵੀ ਕਰਦੇ ਨੇ। ਬਿਲਕੁਲ, ਸਿਆਸਤ ਹਮੇਸ਼ਾ ਪਾਰੂ ਰਹੀ ਆ। ਉਹਨੇ ਸਾਰੀ ਕੌਮ ਦਾ ਤੇ ਲਾਤੀ ਇੱਕ ਆਪਦੇ ਮਤਲਬ ਰਿਸ਼ਤੇਦਾਰੀ ਵਾਸਤੇ। ਉਸ ਤੋਂ ਬਾਅਦ ਫਿਰ ਜਿਹੜੀ ਇਹਨਾਂ ਨੇ ਇਹ ਕੰਮ ਕੀਤਾ ਮਾਸਟਰ ਤਾਰਾ ਸਿੰਘ ਨੇ, ਉਹ ਇਹ ਵੀ ਲਿਖਦਾ ਜਸਵੰਤ ਕੌਰ ਵੀ ਜਿਹੜਾ ਹਰੀ ਸਿੰਘ ਜਿੱਥੇ ਰਹਿੰਦਾ ਸੀ ਨਾ ਲਾਹੌਰ ਦੇ ਵਿੱਚ, ਉੱਥੇ ਫਿਰ ਮਾਸਟਰ ਤਾਰਾ ਸਿੰਘ ਨੇ ਆਪਦੇ ਗੁੰਡੇ ਭੇਜੇ, ਉਹਨਾਂ ਰਾਤੋਂ ਰਾਤ ਉਹਨਾਂ ਦੀ ਸਾਰੀ ਫੈਮਿਲੀ ਕਤਲ ਕੀਤੀ ਹਰੀ ਸਿੰਘ ਦੀ। ਅੱਛਾ। ਹਰੀ ਸਿੰਘ ਆਪ ਫਿਰ ਕੰਧ ਟੱਪ ਕੇ ਬਚਿਆ, ਬਾਅਦ ਦੇ ਵਿੱਚ ਜਿਉਂਦਾ ਰਿਹਾ ਕਾਫੀ ਚਿਰ ਪਾਕਿਸਤਾਨ 'ਚ ਰਿਹਾ ਉਹ। ਉਹ ਸਾਰੇ ਬੰਦੇ ਜਦੋਂ ਉਹਨੇ ਹਰੀ ਸਿੰਘ ਨੇ ਇਹ ਦੇਖਿਆ ਵੀ ਇਹ ਉਹਨੇ ਸਮਝਿਆ ਸੀ ਮੁਸਲਮਾਨਾਂ ਨੇ ਅਟੈਕ ਕੀਤਾ, ਤੇ ਜਦੋਂ ਉਹਨੇ ਇਹ ਸੁਣਿਆ ਆਪਦੇ ਕੰਨਾਂ ਨਾਲ ਵੀ ਉਹ ਜਦੋਂ ਮਾਰਦੇ ਸੀ ਸਾਡੇ ਸਿੱਖਾਂ ਨੂੰ ਜਾਂ ਮਤਲਬ ਹਰੀ ਸਿੰਘ ਦੇ ਪਰਿਵਾਰ ਨੂੰ, ਉਹਨੂੰ ਜਕਾਰੇ ਛੱਡਦੇ ਸੀ, ਬੋਲੇ ਸੋ ਨੇ ਸਤਿ ਸ਼੍ਰੀ ਅਕਾਲ। ਉਦੋਂ ਕਹਿੰਦਾ ਹਰੀ ਸਿੰਘ ਸਮਝਿਆ ਮੈਂ ਤਾਂ ਸਮਝਦਾ ਸੀ ਮੁਸਲਮਾਨਾਂ ਨੇ ਅਟੈਕ ਕੀਤਾ ਤੇ ਸਿੱਖਾਂ ਨੇ ਅਟੈਕ ਕੀਤਾ, ਆਪਣੇ ਬੰਦੇ ਨੇ ਅਟੈਕ ਕੀਤਾ। ਬਿਲਕੁਲ। ਬਾਅਦ ਵਿੱਚ ਮੈਨੂੰ ਪਤਾ ਲੱਗ ਗਿਆ ਮਾਸਟਰ ਤਾਰਾ ਸਿੰਘ ਨੇ ਬੰਦੇ ਭੇਜੇ ਸੀ। ਫਿਰ ਅੱਗੇ ਉਹ ਵੀ ਲਿਖਦਾ ਹਰੀ ਸਿੰਘ ਨੇ ਫਿਰ ਆਪ ਦੱਸਿਆ ਜਦੋਂ ਪਾਕਿਸਤਾਨ ਬਣ ਗਿਆ ਤੇ ਮਾਸਟਰ ਤਾਰਾ ਸਿੰਘ ਨੂੰ ਫੜ ਕੇ ਜੇਲ੍ਹ 'ਚ ਕਰਤਾ ਤੇ ਸਿੱਖਾਂ ਦੀ ਕੋਈ ਡਿਮਾਂਡ ਨਹੀਂ ਮੰਨੀ। ਉਸ ਤੋਂ ਬਾਅਦ ਫਿਰ ਮਾਸਟਰ ਤਾਰਾ ਸਿੰਘ ਪੂਰਾ ਪਾਕਿਸਤਾਨ ਗਿਆ ਤੇ ਪਾਕਿਸਤਾਨ ਜਾ ਕੇ ਉਦੋਂ ਹਰੀ ਸਿੰਘ ਜਿਉਂਦਾ ਸੀ। ਅੱਛਾ ਜੀ। ਤੇ ਹਰੀ ਸਿੰਘ ਨੇ ਕਿਹਾ ਮੈਥੋਂ ਉਹਨੇ ਆ ਕੇ ਮਾਫ਼ੀ ਮੰਗੀ ਵੀ ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ, ਮੈਂ ਉਦੋਂ ਹਿੰਦੂਆਂ ਨੂੰ ਸਮਝ ਨਹੀਂ ਸਕਿਆ ਕਿ ਤੁਹਾਡੀ ਤੁਸੀਂ ਜਿਹੜੀ ਗੱਲ ਕੀਤੀ ਉਹ ਬਿਲਕੁਲ ਠੀਕ ਸੀ, ਸਾਨੂੰ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਸੀ। ਇਹ ਗੱਲਾਂ ਹੁਣ ਔਨ ਰਿਕਾਰਡ ਨੇ। ਅੱਛਾ। ਇਤਿਹਾਸ ਦਾ ਹਿੱਸਾ ਨੇ ਇਹ ਸਾਰਾ ਕੁਛ, ਸਾਡੇ ਨਾਲ ਹੋਇਆ ਤੇ ਸਾਰਾ ਕੁਛ ਸਾਡੀ ਲੀਡਰਸ਼ਿਪ ਹੈ ਜਿਹੜੀ ਉਹਦੀ, ਜਾਂ ਤੁਸੀਂ ਕਹਿ ਲਓ ਵੀ ਉਹਨਾਂ ਨੂੰ ਇੰਨੀ ਸੂਝ ਬੂਝ ਨਹੀਂ ਸੀ, ਜਾਂ ਤੁਸੀਂ ਕਹਿ ਲਓ ਵੀ ਉਹਨਾਂ ਨੂੰ ਬ੍ਰਾਹਮਣਾਂ ਨੇ ਮਤਲਬ ਇੰਨਾ ਆਪਦੇ ਨਾਲ ਲਾ ਲਿਆ ਸੀ ਵੀ ਉਹ ਬ੍ਰਾਹਮਣਿਜ਼ਮ ਨੂੰ ਤਾਂ ਸਿੱਖ ਨੂੰ ਵੱਡ ਨਹੀਂ ਸਮਝਦੇ, ਜਾਂ ਫਿਰ ਇਹ ਵੀ ਹੋ ਸਕਦਾ ਕਿ ਉਹਨਾਂ ਦਾ ਆਪਣਾ ਨਿੱਜ ਸਵਾਰਥ ਵੀ ਹਮੇਸ਼ਾ ਭਾਰੂ ਰਿਹਾ, ਨਿਸਵਾਰਥ ਭਾਰੂ ਰਿਹਾ, ਇਹਦੇ 'ਚ ਕੋਈ ਸ਼ੱਕ। ਠੀਕ ਹੈ ਡਾਕਟਰ ਸਾਹਿਬ ਜੀ, ਜਿਵੇਂ ਹੁਣ ਆਪਾਂ ਜਿਹੜੀ ਆ ਕੇ ਗੱਲ ਕਰ ਰਹੇ ਹਾਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਉੱਪਰ,